ਡੇਰਾ ਬਾਬਾ ਨਾਨਕ ਹਲਕੇ ਦੇ ਪੋਲਿੰਗ ਸਟੇਸ਼ਨ 58 ਵਿੱਚ ਬੀਤੀ ਰਾਤ ਤੋਂ ਬਿਜਲੀ ਨਾ ਆਉਣ ਕਾਰਨ ਵੋਟਿੰਗ ਹਨੇਰੇ ਵਿੱਚ ਹੀ ਸ਼ੁਰੂ ਕਰਵਾਈ ਗਈ। ਜਿਸ ਕਮਰੇ ਦੇ ਵਿੱਚ ਵੋਟਿੰਗ ਹੋ ਰਹੀ ਸੀ ਉੱਥੇ ਮੋਮਬੱਤੀ ਦੀ ਰੋਸ਼ਨੀ ਦੇ ਨਾਲ ਵੋਟਿੰਗ ਹੋਈ ਅਤੇ ਪੋਲਿੰਗ ਸਟਾਫ ਟਾਰਚ ਦੀ ਰੋਸ਼ਨੀ ਦੇ ਨਾਲ ਕੰਮ ਕਰ ਰਿਹਾ ਸੀ। ਇਹ ਹਾਲ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਧਰੋਵਾਲੀ ਦਾ ਹੈ। ਖਾਸ ਗੱਲ ਇਹ ਹੈ ਕਿ ਇੱਥੇ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਦੀਪਿੰਦਰ ਸਿੰਘ ਰੰਧਾਵਾ ਮੁਕਾਬਲੇ ਦੇ ਵਿੱਚ ਨੇ ਆਮੋ ਸਾਹਮਣੇ ਨੇ ਅਤੇ ਰਿਸ਼ਤੇ ਵਿੱਚ ਚਾਚਾ ਭਤੀਜਾ ਨੇ। ਇਹਨਾਂ ਉਮੀਦਵਾਰਾਂ ਨੇ ਵੀ ਮੋਮਬੱਤੀ ਦੀ ਰੋਸ਼ਨੀ ਦੇ ਵਿੱਚ ਹੀ ਵੋਟ ਪਾਈ। ਜਾਣਦੇ ਬਿਜਲੀ ਸਰਪਲਸ ਦਾ ਤਾਂ ਅੱਜ ਚੋਣ ਵਾਲੇ ਦਿਨ ਹੀ ਜੇ ਬਿਜਲੀ ਨਹੀਂ ਆਉਣ ਡਈ ਤੇ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਤੇ ਵਾਕਿਆ ਇਹਨਾਂ ਦਾ ਤਾਂ ਜਿਹੜਾ ਬੋਰੀਆ ਬਿਸਤਰ ਗੁੱਲ ਹੋ ਚੁੱਕਿਆ। ਜਿਹੜੀ ਮੈਂ ਪਹਿਲਾਂ ਆਪ ਜੀ ਦੇ ਕੋਲ ਗੱਲ ਕਰ ਚੁੱਕਿਆ, ਇੱਕੋ ਹੀ ਮੈਂ ਆਪ ਜੀ ਕੋਲ ਇੱਥੇ ਬੇਨਤੀ ਕਰਾਂਗਾ ਕਿ ਹੁਣ ਇੱਕ ਚੰਗੀ ਸੱਚੀ ਸੁੱਚੀ ਸੋਚ ਨੂੰ ਲੈ ਕੇ ਅੱਗੇ ਵਧੇ ਹਾਂ ਅਤੇ ਆਪਣੇ ਭਵਿੱਖ ਨੂੰ ਸੁਰੱਖਿਅਤ ਕਰੀਏ, ਆਪਣੇ ਭਵਿੱਖ ਨੂੰ ਅੱਗੇ